ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਸਾਰੇ ਠੀਕ ਠਾਕ? ਤੁਹਾਨੂੰ ਲੱਗ ਰਿਹਾ ਹੀ ਹੋਏਗਾ ਕਿ ਮੈਂ ਬਹੁਤ ਅਜੀਬ ਤਰੀਕੇ ਨਾਲ ਬੋਲ ਰਹੀ ਹਾਂ, ਬਿਕੋਜ਼ ਅੱਜ ਮੈਨੂੰ ਇੰਜੈਕਸ਼ਨ ਲੱਗਣਾ ਹੈ। ਜਦੋਂ ਮੈਂ 10 ਈਅਰਸ ਦੀ ਮਤਲਬ ਕਿ ਹੋ ਗਈ ਹਾਂ ਅਤੇ ਮੈਨੂੰ ਇੰਜੈਕਸ਼ਨ ਲੱਗਣਾ, ਹੁਣ ਤਾਂ ਮੈਂ ਬਹੁਤ ਡਰੀ ਹੋਈ ਹਾਂ। ਮੈਨੂੰ ਬਰਥਡੇ ਤੋਂ 1-2 ਦਿਨ ਪਹਿਲਾਂ, ਉਦੋਂ ਮੈਨੂੰ ਬਿਲਕੁਲ ਖਿਆਲ ਨਹੀਂ ਸੀ, ਜਿੱਦਣ ਮੇਰਾ ਬਰਥਡੇ ਸੀ ਉੱਦਾਂ ਹੀ ਮੈਨੂੰ ਯਾਦ ਆਇਆ ਕਿ ਮੈਨੂੰ ਇੰਜੈਕਸ਼ਨ ਵੀ ਲੱਗਣਾ ਹੈ। ਮੈਂ ਹੁਣ 10 ਈਅਰਸ ਦੀ ਹੋ ਗਈ ਹਾਂ ਅਤੇ ਮੇਰੀ ਉੱਦਾਂ ਹੀ ਮੇਰੀ ਸਾਰੀ ਐਕਸਾਈਟਮੈਂਟ ਫੁੱਸ ਹੋ ਗਈ ਸੀ ਅਤੇ ਮੈਂ ਬਹੁਤ ਡਰੀ ਹੋਈ ਹਾਂ। ਅਤੇ ਅੱਜ ਅਸੀਂ ਜਾ ਰਹੇ ਹਾਂ ਇੰਜੈਕਸ਼ਨ ਲਗਵਾਉਣ, ਮੈਨੂੰ ਡਰ ਲੱਗ ਰਿਹਾ ਬਹੁਤ। ਚਲੋ, ਅਤੇ ਅਸੀਂ ਹੁਣ ਨਿਕਲ ਚੁੱਕੀ ਹਾਂ ਅਤੇ ਅਸੀਂ ਬਸ ਆਪਣੇ ਪਿੰਡ 'ਚੋਂ ਬਾਹਰ ਨਿਕਲਣ ਵਾਲੇ ਹਾਂ। ਤਾਂ ਮੇਰਾ ਵੈਕਸੀਨੇਸ਼ਨ ਕਾਰਡ ਅਤੇ ਫਤਿਹ ਤੋਂ ਵੀ ਵਿਖਾ ਆਪਣੇ ਵੈਕਸੀਨੇਸ਼ਨ ਕਾਰਡ। ਫਤਿਹ ਬਿਮਾਰ ਹੈ, ਅਸੀਂ ਉਹਨੂੰ ਮਤਲਬ ਕਿ ਟੀਕਾ ਨਹੀਂ ਲਗਵਾਉਣਾ, ਬਸ ਅਸੀਂ ਉਹਨੂੰ ਚੈੱਕਅਪ ਕਰਵਾਉਣ ਲੈ ਕੇ ਆਏ ਹਾਂ। ਅਤੇ ਆਹ ਮੇਰਾ ਵੈਕਸੀਨੇਸ਼ਨ ਕਾਰਡ, ਮੈਂ ਬਹੁਤ ਡਰੀ ਹੋਈ ਹਾਂ ਰੈਲੀ। ਚਲੋ ਚਲੀਏ। ਫਿਰ ਮੈਂ ਆਪਣਾ ਵੈਕਸੀਨੇਸ਼ਨ ਕਾਰਡ ਇੱਥੇ ਰੱਖ ਦਿੰਦਾ। ਗਾਈਸ, ਹੁਣ ਅਸੀਂ ਪਹੁੰਚ ਚੁੱਕੇ ਹਾਂ ਅਤੇ ਅਸੀਂ ਬਸ ਹੋਸਪਿਟਲ ਦੇ ਬਾਹਰ ਹੀ ਹਾਂ ਅਤੇ ਮੈਨੂੰ ਬਹੁਤ ਡਰ ਲੱਗ ਰਿਹਾ ਰੈਲੀ। ਚਲੋ ਚੱਲੀਏ ਫਿਰ। ਚਲੋ ਸ਼ਾਬਾਸ਼, ਐਂਟਰ ਕਰ ਲਿਆ ਹੁਣ ਹੋਸਪਿਟਲ ਤੇ ਹੁਣ ਗੁਰਸੀਰਤ ਦੀ ਵਾਰੀ ਦਾ ਇੰਤਜ਼ਾਰ। ਗੁਰਸੀਰਤ ਹੁਣ ਜੇ ਅਸੀਂ ਮਜ਼ੇ ਲੈ ਰਹੇ ਹਾਂ ਡਰਾ ਡਰਾ ਕੇ। ਸੀਰਤ ਨੂੰ ਕੁਛ ਨਹੀਂ ਹੁੰਦਾ ਬੇਟਾ, ਬਰੇਵ ਗਰਲ। ਉਦੋਂ ਤੇਰਾ ਇੱਕ ਬਲੱਡ ਸੈਂਪਲ ਦਿੱਤਾ ਸੀ, ਯਾਦ ਹੈ ਤੈਨੂੰ ਥੋੜ੍ਹੇ ਦਿਨ ਪਹਿਲਾਂ? ਉਦੋਂ ਤੂੰ ਪਰਵਾਹ ਵੀ ਨਹੀਂ ਕੀਤੀ, ਮੈਨੂੰ ਇਹ ਸੀ ਸੀਰਤ ਡਰ ਜਾਏਗੀ ਤੇ ਤੂੰ ਸੀ ਵੀ ਨਹੀਂ ਸੀ ਕੀਤੀ, ਬਰੇਵ ਗਰਲ। ਫਤਿਹ ਕਿੱਦਾਂ, ਤੈਨੂੰ ਵੀ ਲਵਾ ਦੀ ਇੰਜੈਕਸ਼ਨ ਇੱਕ? ਵਾਏ, ਕਿਉਂ ਡਰ ਲੱਗਦਾ ਦੱਸੋ, ਤੈਨੂੰ ਕੀ ਫੀਲ ਹੋ ਰਿਹਾ ਸੀਰਤ? ਵੈਸੇ ਘੱਟ ਤੋਂ ਡਰ ਕਰਦਾ, ਕੀ ਡਰ ਲੱਗ ਰਿਹਾ? ਇੰਜੈਕਸ਼ਨ ਨੀਡਲ ਦਾ ਕਿੰਨਾ ਡਰ ਹੁੰਦਾ ਸੂਈ? ਤੈਨੂੰ ਉਦੋਂ ਬਿਲਕੁਲ ਵੀ ਪਰਵਾਹ ਨਹੀਂ ਸੀ ਕੀਤੀ, ਮੈਂ ਹੈਰਾਨ ਰਹਿ ਗਿਆ ਸੀ, ਤੂੰ ਬਿਲਕੁਲ ਵੀ ਪਰਵਾਹ ਨਹੀਂ ਕੀਤੀ। ਪੱਟ ਤੇ ਬੇਟਾ ਫਿਰ ਬੜਾ ਦਰਦ ਹੁੰਦਾ, ਹੁਣ ਗੁਰਸੀਰਤ ਨੂੰ ਲੱਗੇਗਾ ਤੇ ਹੁਣ ਵੇਖਨੇ ਆ ਵੀ ਕਿੱਦਾਂ। ਬੇਟਾ ਹੁਣ ਡਾਕਟਰਸ ਤੇ ਡਿਪੈਂਡ ਕਰਦਾ, ਡਾਕਟਰਸ ਨੇ ਕਿੱਥੇ ਇੰਜੈਕਸ਼ਨ ਲਾਉਣਾ। ਕੋਈ ਨੀ, ਡਰਨਾ ਨੀ, ਘਬਰਾਉਣਾ ਨੀ, ਡੋਂਟ ਵਰੀ, ਬੀ ਬਰੇਵ। ਫਤਿਹ ਦਾ ਵੀ ਚੈੱਕ ਕਰੋ, ਫਤਿਹ ਨੂੰ ਟੈਂਸ਼ਨ ਨਹੀਂ, ਲੋਈ ਤਿਆਰੀ ਹੋ ਰਹੀ ਹੈ, ਸੂਈਆਂ ਨਿਕਲ ਗਈਆਂ, ਇੰਜੈਕਸ਼ਨ ਰੇਡੀ ਨੇ, ਘੱਤੋ ਕੰਨ ਘੱਤੋ ਬੰਦ ਕਰਨੇ, ਕੋਈ ਬੰਬ ਚੱਲਣ ਲੱਗੇ ਨੇ। ਆ ਸਾਡੇ ਡਾਕਟਰ ਸਾਹਿਬ ਨੇ, ਸਾਡੇ ਫਰੈਂਡ ਵੀ ਨੇ ਤੇ ਸਾਡੇ ਡਾਕਟਰ ਸਾਹਿਬ ਵੀ ਆਈ ਨੇ। ਕਿੰਨਾ ਵੇਟ ਹੈ ਤੇਰਾ? 27। ਚਲੋ ਬੇਟਾ, ਘਬਰਾਉਣਾ ਨੀ, ਸੁੰਦਰ ਹੋਸਪਿਟਲ ਕੁਰੂਕਸ਼ੇਤਰ, ਡਾਕਟਰ ਸਾਹਿਬ ਸਾਡੇ ਡਾਕਟਰ ਸਤਿੰਦਰ ਸੈਣੀ ਜੀ, ਚਾਈਲਡ ਸਪੈਸ਼ਲਿਸਟ ਨੇ, ਕੁਰੂਕਸ਼ੇਤਰ ਏਰੀਏ ਦੇ ਜਿਹੜੇ ਵੀ ਲੋਕ ਆਉਣਾ ਚਾਹੁੰਦੇ ਇਹਨਾਂ ਕੋਲ ਆ ਸਕਦੇ ਹੋ ਤੁਸੀਂ, ਤੇ ਜਿਹੜੇ ਨੀਡੀ ਲੋਕ ਨੇ ਉਹਨਾਂ ਦੀ ਵੀ ਹੈਲਪ ਕਰ ਦਿੰਦੇ ਨੇ, ਜਿਹੜੇ ਬੰਦੇ ਕੋਲ ਥੋੜ੍ਹਾ ਫਾਈਨੈਂਸ਼ੀਅਲ ਪ੍ਰੋਬਲਮ ਉਹਨਾਂ ਦੀ ਹੈਲਪ ਵੀ ਕਰ ਦਿੰਦੇ ਆ, ਫਰੀ ਨਹੀਂ ਕਰਦੇ ਬਟ ਕਾਫੀ ਡਿਸਕਾਊਂਟ ਕਰ ਦੇਣਗੇ, ਤੇ ਤੁਸੀਂ ਆ ਸਕਦੇ ਹੋ ਇਹਨਾਂ ਕੋਲ। ਤੇ ਹੁਣ ਗੁਰਸੀਰਤ ਡਰਨਾ, ਫਤਿਹ ਕਿੱਦਾਂ, ਹਾਂ ਬੇਟਾ ਥੋੜਾ ਹੋਰ ਅੱਗੇ ਹੋ ਜਾਓ, ਲੇਟ ਜਾਣਾ ਬੇਟਾ ਆਰਾਮ ਨਾਲ, ਲੱਗ ਗਿਆ ਪਤਾ ਵੀ ਲੱਗਾ ਤੈਨੂੰ, ਲੈ ਬਸ ਇੱਕ ਸੈਕਿੰਡ ਲੱਗਿਆ ਸੀਰਤ, ਐਵੇਂ ਥੋੜੀ ਰੋਈ ਦਾ ਹੁੰਦਾ, ਦੋਵੇਂ ਪਹਿਲੀ ਵਾਰੀ ਤੇ ਤੂੰ ਰੋਈ ਨੀ, ਤੂੰ ਪਹਿਲਾ ਲੱਗਾ ਉਂਝ ਹੀ ਰੋਈ ਜਾਂਦੀ ਸੀਰਤ।
ਸਿਰ ਤੇ ਤੂੰ ਪਹਿਲਾਂ ਤੇ ਰੋਈ ਨਹੀਂ ਜਦੋਂ ਲੱਗਿਆ ਤੈਨੂੰ ਇਹ ਕੀ ਗੱਲ ਹੈ ਨਹੀਂ ਜਦੋਂ ਲੱਗਿਆ ਉਦੋਂ ਤੇ ਰੋਈ ਨਹੀਂ ਸਿਰ ਤੇ ਹੁਣ ਕੀ ਦੂਸਰੀ ਵਾਰ ਤੇ ਰੋਈ सारे फ्रेंड वेखणगे यूट्यूब ते पीड़ होई नहीं ते रो बिना मतलब तो पई दस ये की गल होई हासा कि रोना है तेरा भी ओके ही नहीं लगना तेन लगना दस भी तू सिर्फ डर तो ही रो भी एवं चीका मारी ने तेन होया कुछ चलो लो जी हुण वैक्सीनेशन वाला हो गया काम पूरा मेनू आप तेरे हासा आ रहा जो इंजेक्शन लगा ओदो तू रोई नहीं है ते बाद चो जदों ने कहा भी दूसरा तैयार है लान लगे ते रोन लग गई तू आ की गल सी मैनूं तां स्टोरी नहीं समझ आई जदों मैं रो रही सी विच मेरा हासा भी नहीं जा रहा मेरे ख्याल च ना सारा ज्यादातर बच्चे डरदे ने सिर्फ इन्ना पता हुंदा भी इंजेक्शन लगना तां डरदे ने बट जदों लगदा ओदो दर्द मैनूं लगदा ही नहीं हुंदी होएगी फिर थोड़ी हल्की जी ते हुंदी बेटा फते बच गया फते टल गया फते हुण तू जो 10 ईयर्स दा होएगा तेनू उदो लगना ब्लैकमेल किया पहला इंजेक्शन तां लवाने आ सानू गिफ्ट लै के दो हर वारी इदां ही करदे ने हना चलो हुण टॉय शॉप इंजेक्शन लगना चलो चलने टॉय वाली दुकान ते ओके बाय।